ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਚੇਲੇ ਨਾਲ ਇੱਕ ਪਿੰਡ ਪਹੁੰਚੇ ਪਿੰਡ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਪਿੰਡ ਵਿੱਚ ਕੋਈ ਵੀ ਕਿਸੇ ਨਾਲ ਚੰਗਾ ਸਲੂਕ ਨਹੀਂ ਕਰਦਾ ਸਾਰੇ ਇੱਕ ਦੂਜੇ ਨਾਲ ਬਦਸਲੂਕੀ ਨਾਲ ਪੇਸ਼ ਆਉਂਦੇ ਹਨ ਜਦੋਂ ਗੁਰੂ ਜੀ ਉਹਨਾਂ ਨੂੰ ਰੋਕਣ ਲੱਗੇ ਤਾਂ ਉਹਨਾਂ ਨੇ ਗੁਰੂ ਜੀ ਨੂੰ ਵੀ ਉਹੀ ਸਭ ਗਿਆ ਅਤੇ ਮਜ਼ਾਕ ਉਡਾਇਆ ਜਦੋਂ ਗੁਰੂ ਜੀ ਨੇ ਵੇਖਿਆ ਕਿ ਉਹਨਾਂ ਤੇ ਉਹਨਾਂ ਦੀ ਸਿੱਖਿਆਵਾਂ ਦਾ ਕੋਈ ਅਸਰ ਨਹੀਂ ਹੈ ਤੇ ਉਹ ਤਾਂ ਉਦਾਂ ਹੀ ਕਰੇ ਜਾ ਰਹੇ ਨੇ ਤਾਂ ਗੁਰੂ ਜੀ ਨੇ ਪਿੰਡ ਛੱਡਣ ਦਾ ਫੈਸਲਾ ਲਿਆ ਫਿਰ ਪਿੰਡ ਵਾਲਿਆਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਕਿਹਾ ਮਹਾਤਮਾ ਅਸੀਂ ਤੁਹਾਡੀ ਇੰਨੀ ਸੇਵਾ ਕੀਤੀ ਹੈ ਘੱਟੋ ਘੱਟ ਜਾਣ ਤੋਂ ਪਹਿਲਾਂ ਸਾਨੂੰ ਆਸ਼ੀਸ਼ ਤਾਂ ਦੇ ਦਿਓ ਗੁਰੂ ਜੀ ਨੇ ਕਿਹਾ ਸਾਰਾ ਪਿੰਡ ਇਕੱਠਾ ਰਹੋ ਉਸ ਤੋਂ ਬਾਅਦ ਗੁਰੂ ਜੀ ਅਗਲੇ ਪਿੰਡ ਚਲੇ ਗਏ ਉਪਿੰਡ ਚ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਬੋਲਦੇ ਸੀ ਅਤੇ ਬਹੁਤ ਹੀ ਮਿੱਠਾ ਬੋਲਦੇ ਸੀ। ਉਹਨਾਂ ਨੇ ਗੁਰੂ ਜੀ ਦੀ ਬਹੁਤ ਦੇਖਭਾਲ ਕੀਤੀ ਅਤੇ ਚੰਗੀ ਸੇਵਾ ਕੀਤੀ। ਜਾਣ ਵੇਲੇ ਉਹਨਾਂ ਨੇ ਵੀ ਕਿਹਾ ਗੁਰੂ ਜੀ ਸਾਨੂੰ ਕੋਈ ਅਸ਼ੀਸ਼ ਦੇ ਦਿਓ ਤਾਂ ਗੁਰੂ ਜੀ ਨੇ ਕਿਹਾ ਤੁਸੀਂ ਸਾਰੇ ਪਿੰਡ ਖਿੰਡ ਜਾਓ। ਇਹ ਸੁਣ ਉਹਨਾਂ ਦੇ ਜੋ ਨਾਲ ਚੇਲੇ ਸਨ ਉਹ ਬਹੁਤ ਹੈਰਾਨ ਹੋਏ। ਉਹ ਕਹਿੰਦੇ ਗੁਰੂ ਜੀ ਇਹ ਕਿਵੇਂ ਦੀ ਅਸ਼ੀਸ਼ ਹੈ? ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਇੱਕਦਮ ਹਮੇਸ਼ਾ ਯਾਦ ਰੱਖਿਓ ਚੰਗੇ ਲੋਕ ਹਮੇਸ਼ਾ ਉਹਨਾਂ ਹੀ ਚੰਗੀਆਂ ਆਈਆਂ ਨੂੰ ਜਿੱਥੇ ਵੀ ਜਾਂਦੇ ਆ ਲੈ ਕੇ ਜਾਂਦੇ ਹਨ ਉਚਾਰੇ ਪਾਸੇ ਪਿਆਰ ਸਦਭਾਵਨਾ ਅਤੇ ਮਿੱਠੇ ਬੋਲ ਦਾ ਮਾਹੌਲ ਪੈਦਾ ਕਰਦੇ ਹਨ ਇਸ ਲਈ ਚੰਗੇ ਲੋਕਾਂ ਨੂੰ ਕਿਹਾ ਤੁਸੀਂ ਖਿੰਡ ਜਾਓ ਉਹ ਜਿੱਥੇ ਵੀ ਜਾਣਗੇ ਪਿਆਰ ਸਦਭਾਵਨਾ ਅਤੇ ਲੋਕਾਂ ਨੂੰ ਚੰਗਾ ਹੀ ਬਣਾਉਣਗੇ ਅਤੇ ਜੋ ਪਹਿਲਾਂ ਹੀ ਬੁਰੇ ਹਨ ਉਹ ਹੋਰ ਲੋਕਾਂ 'ਚ ਆਪਣਾ ਬੁਰਾ ਹੀ ਫੈਲਾਉਣਗੇ ਇਸ ਕਾਰਨ ਚੰਗੇ ਲੋਕ ਜਿੰਨਾ ਖਿਲਰਣਗੇ ਓਨਾ ਜ਼ਿਆਦਾ ਹੋਰਾਂ ਨੂੰ ਵੀ ਚੰਗਾ ਬਣਾਉਣਗੇ